ਅਸੀਂ ਮਾਡਲ ਟਾਊਨ ਤੋਂ ਆ ਰਹੇ ਸੀਗੇ ਤੇ ਅਸੀਂ ਸੁਨੇਤ ਤੋਂ ਜਦੋਂ ਹੀ ਮੁੜੇ ਆ ਤੇ ਉਦੋਂ ਮਗਰ ਸਾਡੇ ਇਹ ਬੰਦਾ ਸੀਗਾ ਤੇ ਇਹਨੇ ਆਣ ਕੇ ਸਾਡੇ ਕੋਲ ਕੁਟੀਆ ਸਾਹਿਬ ਗੁਰਦੁਆਰੇ ਦੇ ਕੋਲੋਂ ਆਣ ਕੇ ਇਹਨੇ ਪਰਸ ਖੋਇਆ। ਪਰਸ ਖੋਇਆ ਤੇ ਉਹ ਨਾਲ ਹੀ ਸਾਡੇ ਬਾਈਕ ਦੇ ਵਿੱਚ ਵੱਜਿਆ ਤੇ ਬਾਈਕ ਵੀ ਉਹਦੀ ਡਿੱਗ ਪਈ ਤੇ ਅਸੀਂ ਵੀ ਡਿੱਗ ਪਏ ਆ ਤੇ ਉਹਨਾਂ ਦੇ ਸਿਸਟਰ ਦੇ ਸੱਟਾਂ ਲੱਗੀਆਂ ਨੇ ਤੇ ਉਹ ਡਿੱਗਣ ਦੇ ਕਾਰਨ ਹੀ ਜਿਹੜਾ ਸੀਗਾ ਪਰਸ ਉਹ ਥੱਲੇ ਆ ਗਿਆ ਤੇ ਜਿਹਦੇ ਨਾਲ ਆਣ ਕੇ ਸਕੇ ਸਾਡਾ ਬਚਾਅ ਹੋ ਗਿਆ ਤੇ ਪਰਸ ਨਹੀਂ ਲੈ ਕੇ ਗਿਆ। ਬਾਕੀ ਆ ਭੱਜ ਗਿਆ ਸੱਟਾਂ। ਹਾਂਜੀ ਅਸੀਂ ਫੜਿਆ, ਅਸੀਂ ਫੜ ਕੇ ਤੇ ਉਹਦੀ ਚਾਬੀ ਕੱਢ ਕੇ ਕੋਲ ਰੱਖ ਲਈ ਤੇ ਪੁਲਿਸ ਨੂੰ ਇਨਫੋਰਮ ਕਰਤਾ। ਰੋਲਾ ਪਾਇਆ, ਲੋਕੀ ਸਾਰੇ ਇਕੱਠੇ ਹੋਏ, ਸਾਰੇ ਲੋਕ ਇਕੱਠੇ ਹੋ ਗਏ। ਦੋ ਇਕੱਲਾ ਹੀ ਸੀ, ਇਕੱਲਾ ਸੀ, ਮੋਨਾ ਮੋਨਾ ਸੀ। ਨਹੀਂ ਜੀ ਮੂੰਹ ਨਹੀਂ ਢੱਕਿਆ। ਹਾਂਜੀ ਇਹ ਇਸ ਕਰਕੇ ਵੀ ਅਸੀਂ ਉਹਨਾਂ ਨੂੰ ਇਨਫੋਰਮ ਕੀਤਾ ਕਿ ਕਮ ਸੇ ਕਮ ਜੇ ਸਾਡੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ। ਵੀ ਉਹਨਾਂ ਨੂੰ ਥੋੜਾ ਜਿਹਾ ਦੇਖਣਾ ਚਾਹੀਦਾ ਕਿ ਵੀ ਹਾਂ ਕਿੱਥੇ ਲੁੱਟ ਸੁੱਟ ਹੋ ਰਹੀ ਤੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਮੋਟਰਸਾਈਕਲ ਚੋਰੀ ਦਾ ਹੋਵੇ ਫਿਰ। ਹਾਂਜੀ ਮੈਂ ਉਹਨੂੰ ਫੜ ਲਿਆ, ਫੜਨ ਦੇ ਬਾਵਜੂਦ ਉਹ ਜਦੋਂ ਉਹਨੇ ਦੇਖਿਆ ਕਿ ਵੀ ਲੋਕ ਇਕੱਠੇ ਹੋ ਗਏ ਨੇ ਤੇ ਉਹ ਭੱਜ ਗਿਆ। ਨਹੀਂ ਇੱਥੋਂ ਨਹੀਂ ਲੰਘਿਆ ਉਹਦੇ ਮਗਰ, ਦੋ ਬੰਦੇ ਦੋ ਵਾਰੀ ਇੱਥੋਂ ਲੰਘ ਕੇ ਗਏ ਨੇ ਪਰ ਦੇਖਦੇ ਗਏ ਨੇ ਬਾਈਕ ਵੱਲ, ਉਹਨਾਂ ਨੇ ਕਿਹਾ ਕੁਛ ਨਹੀਂ, ਦੋ ਵਾਰੀ ਲੰਘ ਕੇ ਗਏ ਨੇ ਉਹ ਦੇਖ ਕੇ। ਹਾਂਜੀ ਪੁਲਿਸ ਆ ਗਈ ਸੀ ਮੌਕੇ ਤੇ, 15 ਮਿੰਟ ਬਾਅਦ ਆ ਗਏ ਸੀ। ਹਾਂਜੀ ਅਸੀਂ ਇਹੀ ਕਹਿੰਦੇ ਆ ਕਿ ਵੀ ਜੇ ਉਹ ਸਾਡੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ, ਥੋੜੀ ਜਿਹੀ ਕਾਰਵਾਈ ਉਹਦੇ ਤੇ ਕੀਤੀ ਜਾਏ। ਹਾਂਜੀ ਇੱਕ ਮੋਟਰਸਾਈਕਲ ਤੇ ਮੁੰਡਾ ਆਇਆ ਸੀ ਮਗਰ ਇਹਨਾਂ ਦੀ ਉਹਨੇ ਸਨੈਚ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚਾਅ ਹੋ ਗਿਆ ਵਾ, ਮੋਟਰਸਾਈਕਲ ਛੁੱਟ ਕੇ ਭੱਜ ਗਿਆ। ਹੁਣ ਉਹਦੀ ਕਰਦੇ ਪੜਤਾਲ, ਮੋਟਰਸਾਈਕਲ ਕਿੱਥੋਂ ਦਾ ਉਹਦੇ ਬਾਅਦ। ਆਈ ਬਲਾਕ ਬੀ ਰਸਨਗਰ ਕਰਕੇ ਜੋ ਜਿਦਾਂ ਹੁਕਮ ਹੋ ਜਿਦਾਂ ਦੇ ਕਹਿਣਗੇ ਉਹ ਉਹਨਾਂ ਦੇ ਗੱਲ ਕੇ ਮਸਲਾ ਉਹਨਾਂ ਕਾਰਜ ਕਰ ਚੱਲੇ ਆ ਦੇਖਣਾ ਵੀਰ ਜੀ ਫਿਰ ਖਲੋਤੇ ਹੀ ਜਾਣਗੇ।